ਕਰੋਨਾ ਮਹਾਮਾਰੀ ਪੂਰੀ ਦੁਨੀਆ ਵਿੱਚ ਫੈਲੀ ਹੋਈ ਹੈ ਅਤੇ ਲੋਕ ਡਰੇ ਹੋਏ ਨੇ, ਪਰ ਫਿਰ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਵਿੱਚ ਸਨਸਨੀ ਪੈਦਾ ਕਰਨ ਲਈ ਸ਼ਰਾਰਤੀ ਕੰਮ ਕੀਤੇ ਜਾਂਦੇ ਨੇ। ਫਲੋਰ ਦੇ ਵਿੱਚ ਵੀ ਕੁਝ ਅਜਿਹਾ ਵੇਖਣ ਨੂੰ ਮਿਲਿਆ ਜਿੱਥੇ ਜਲੰਧਰ ਦੇ ਕਸਬਾ ਫਲੋਰ ਵਿੱਚ ਇੱਕ ਵਿਅਕਤੀ ਵੱਲੋਂ ਸੜਕ ਦੇ ਉੱਤੇ ਨੋਟ ਸੁੱਟੇ ਗਏ, ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਨਾਕੇ 'ਤੇ ਸਥਿਤ ਥਾਣੇਦਾਰ ਨੂੰ ਇਸ ਦੀ ਸੂਚਨਾ ਕੀਤੀ। ਪੁਲਿਸ ਵੱਲੋਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਫਰਾਰ ਹੋਣ ਵਿੱਚ ਸਫਲ ਹੋ ਗਿਆ। ਪਤਾ ਲੱਗਾ ਕਿ ਵਿਅਕਤੀ ਇੱਥੇ ਇੱਕ ਫੈਕਟਰੀ ਵਿੱਚ 2-2.5 ਮਹੀਨੇ ਤੋਂ ਕੰਮ ਕਰਦਾ ਸੀ। ਫੈਕਟਰੀ ਦੇ ਮਾਲਕ ਮੁਤਾਬਕ ਨੋਟ ਕਿਉਂ ਸੁੱਟੇ ਜਾ ਰਹੇ ਸਨ ਇਸ ਬਾਰੇ ਉਸ ਨੂੰ ਜਾਣਕਾਰੀ ਨਹੀਂ ਹੈ। ਇਸ ਵਿਅਕਤੀ ਬਾਰੇ ਜਦੋਂ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੇਖਣ ਵਿੱਚ ਇਹ ਸ਼ੱਕੀ ਕੋਰੋਨਾ ਮਰੀਜ਼ ਲੱਗ ਰਿਹਾ ਸੀ, ਪਰ ਰਿਪੋਰਟ ਆਉਣ ਤੋਂ ਬਿਨਾਂ ਉਹ ਕਿਸੇ ਨੂੰ ਵੀ ਪੋਜ਼ੀਟਿਵ ਨਹੀਂ ਦੱਸ ਸਕਦੇ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਨੂੰ ਵੀ ਕੰਪਨੀ 'ਚ ਪਤਾ ਲੱਗਾ, ਲੇਕਿਨ ਮੈਂ ਇੰਨਾ ਮੈਨੂੰ ਧਿਆਨ ਹੈਗਾ, ਮੈਂ ਤਾਂ ਦੇਖਿਆ ਹੀ ਨਹੀਂ ਇਹਨੂੰ। ਇਹ 1.5 ਮਹੀਨੇ ਹੋ ਗਿਆ ਇੱਥੇ। ਹਾਂਜੀ, 1.5 ਮਹੀਨੇ ਤੋਂ ਡੇਢ ਦੋ ਬੰਦਾ ਇਹਦਾ ਨਾਲ ਮੇਰੇ ਆਇਆ, ਉਹ ਵੀ ਦੱਸ ਰਿਹਾ ਕਿ 1.5 ਮਹੀਨੇ ਕੰਮ ਆਇਆ, ਕਿਉਂਕਿ ਕੰਪਨੀ ਦੇ ਵਿੱਚ ਤਕਰੀਬਨ 2-2.5 ਸੰਦੂਕ ਲੱਗੀ ਹੋਈ ਆ, ਅੰਦਰ ਹੀ ਰਹਿੰਦੀ ਹੈ, ਬਾਹਰੋਂ ਤਾਂ ਭੇਜਦਾ ਵੀ ਬੰਦਾ। ਓਕੇ, ਬਾਕੀ ਮੈਂ ਸੋਚਦਾ ਨੂੰ ਬੜਾ ਫੋਨ ਆਇਆ, ਫੋਨ ਕਿਉਂਕਿ ਜਵਾਬ ਵੀ ਟੱਪ ਕੇ ਆ ਗਿਆ, ਕੰਨ ਕੌਣ ਟੱਪ ਗਿਆ। ਠੀਕ ਹੈ ਜੀ, ਇੱਥੇ ਆਪਣਾ ਡਿਊਟੀ ਜਾ ਰਿਹਾ ਸੀਗਾ ਅਤੇ ਇੱਥੇ ਆਪਣਾ ਚੌਂਕ ਦੇ ਵਿੱਚ ਇੱਕ ਮੁੰਡਾ ਲੈ ਕੇ ਆਇਆ ਨਾ, ਉਹ ਸਿਕਿਉਰਟੀ ਗਾਰਡ ਏਸੀਆਈ ਦੇ ਕੋਲ, ਉਹ ਏਸੀਆਈ ਨੇ ਮੈਨੂੰ ਕੰਪਲੇਂਟ ਕੀਤੀ, ਸਰ ਵੀ ਇੱਦਾਂ ਦਾ ਕਰਕੇ ਬੰਦਾ ਆਇਆ ਵੀ ਇਹ ਨੋਟ ਸੁੱਟਦਾ ਸੀ। ਆਪਾਂ ਉਸੇ ਟਾਈਮ ਪ੍ਰਸ਼ਾਸਨ ਨੂੰ ਦੱਸ ਕੇ 108 ਨੂੰ ਗੱਲ ਕਰਤੀ ਹੈ ਕਿ ਉਹ ਆਣ ਕੇ ਇਹਦਾ ਟੈਸਟ ਕਰਾਵਾਂਗੇ, ਪ੍ਰੋਪਰ ਟੈਸਟ ਕਰਾ ਕੇ ਉਸ ਤੋਂ ਬਾਅਦ ਜੋ ਹੋਊਗੀ ਅਗਲੀ ਕਾਰਵਾਈ ਪੁਲਿਸ ਵਾਲੇ ਕਰਨਗੇ। ਕੀ ਲੱਗਦਾ ਕਿ ਲੱਗਦਾ ਇਨਫੈਕਟਡ ਬੰਦਾ ਜਿਹਦਾ ਹੈ? ਲੱਗਦਾ ਹੈ, ਲੱਗਦਾ ਹੈਗਾ, ਸ਼ੋਰ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਆਪਾਂ ਬਿਨਾਂ ਟੈਸਟ ਤੋਂ ਸ਼ੋਰ ਨਹੀਂ ਕਹਿ ਸਕਦੇ, ਸ਼ੋਰ ਨਹੀਂ ਕਹਿ ਸਕਦੇ। ਜਿਹੜੇ ਜਿੱਦਾਂ ਇਹ ਵਾਰ ਵਾਰ PPT ਕਿੱਟ ਪਵਾ ਰਹੇ, PPT ਕਿੱਟ ਵੀ ਉਤਾਰ ਰਹੇ ਵਾਰ ਵਾਰ, ਗਰਮੀ ਹੈਗੀ, ਉਹਦੇ ਕਰਕੇ ਕਹਿ ਸਕਦਾ ਵੀ ਪਸੀਨਾ ਪਸੀਨਾ ਜ਼ਿਆਦਾ ਆਉਂਦਾ ਹੋਵੇ। ਫਲੋਰ ਤੋਂ ਨਿਸ਼ਾ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।